ਫਤਿਹਗੜ੍ਹ ਚੂੜੀਆਂ 'ਚ ਬੀਤੇ ਦਿਨੀ ਪੱਲੇਦਾਰਾਂ ਅਤੇ ਆੜ੍ਹਤੀ ਦੇ ਦਰਮਿਆਨ ਤਿੱਖੀ ਝੜੱਪ ਹੋਣ ਦੀ ਖਬਰ ਹੈ। ਇਸੇ ਦੌਰਾਨ ਪੱਲੇਦਾਰਾਂ ਨੇ ਦੋਸ਼ ਲਾਇਆ ਕਿ ਆੜ੍ਹਤੀ ਵੱਲੋਂ ਉਹਨਾਂ ਦੀ ਬੇਤਹਾਸ਼ਾ ਕੁੱਟਮਾਰ ਕਰਵਾਈ ਗਈ, ਜਿਸ ਦੇ ਰੋਸ ਵਜੋਂ ਉਹਨਾਂ ਨੇ ਆੜ੍ਹਤੀ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਉੱਧਰ ਆੜ੍ਹਤੀ ਨੇ ਵੀ ਪੱਲੇਦਾਰਾਂ ਦੇ ਉੱਪਰ ਗੰਭੀਰ ਦੋਸ਼ ਲਗਾਏ ਹਨ। ਮੌਕੇ ਤੇ ਪਹੁੰਚੇ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਦੇ SHO ਸੁਖਜਿੰਦਰ ਸਿੰਘ ਕਾਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਧਿਰਾਂ ਵਿੱਚ ਹੱਥੋਂ ਪਾਈ ਹੋਈ ਹੈ ਅਤੇ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਹਨ ਜੋ ਹਸਪਤਾਲ ਵਿੱਚ ਦਾਖਲ ਹਨ। ਉਹਨਾਂ ਕਿਹਾ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੈਂ ਰਹੀ ਹਿੰਮਤ ਕਿ ਮੈਂ ਇੱਥੋਂ ਫੜ ਕੇ ਛਡਾ ਲਿਆ, ਨਹੀਂ ਤਾਂ ਇਹਨਾਂ ਮੇਰਾ ਗਲ ਘੁੱਟ ਦਿੱਤਾ ਸੀ। ਇਹਨਾਂ ਮੇਰੇ ਸਿਰ ਵਿੱਚ ਮੁੱਕੀਆਂ ਮਾਰੀਆਂ ਵਾ। ਇਹਦਾ ਭਰਾ ਜਿਹੜਾ ਮੁਲਾਜ਼ਮ ਆ ਉਹਨੇ ਮੈਨੂੰ ਕੁੱਤੇ ਚੂੜੇ ਕਿਹਾ ਵਾ, ਨਾਲ ਹਰਜੋਤ ਸਿੰਘ ਆ ਦਾਦੂ ਜੋਤ ਆ ਉਹਨੇ ਕੁੱਤੇ ਚੂੜੇ ਕਿਹਾ ਵਾ, ਇਹਦਾ ਭਤੀਜਾ ਜੋਬਨ ਆ ਉਹਨੇ ਕੁੱਤੇ ਚੂੜੇ ਕਿਹਾ ਵਾ, ਅਤੇ ਇਹਨੇ 2 ਲੱਖ ਰੁਪਇਆ ਨਜਾਇਜ਼ ਪਾਇਆ ਵਾ, ਉਹਦਾ ਇਨਸਾਫ਼ ਚਾਹੀਦਾ। ਦੂਜੀ ਗੱਲ ਜਿਹੜੀ ਇਹਨਾਂ ਮਾਰ ਕੁੱਟ ਕੀਤੀ ਆ ਉਹਦਾ ਇਨਸਾਫ਼ ਚਾਹੀਦਾ ਵਾ। ਤੀਜੀ ਗੱਲ, ਜੱਟਾਂ ਦਾ ਮਾਲ 1800 ਨੂੰ ਖਰੀਦ ਕੇ 1850 ਨੂੰ ਵੇਚਣ ਡਿਆ ਜੇ, ਠੀਕ ਹੈ ਜੀ। ਮੈਨੂੰ ਇਹਨਾਂ ਚੀਜ਼ਾਂ ਦਾ ਇਨਸਾਫ ਚਾਹੀਦਾ। ਜੋ ਇਹਨਾਂ ਮੇਰੇ ਨਾਲ ਕੀਤਾ ਉਹ ਇਹਨਾਂ ਨਾਲ ਹੋਣਾ ਚਾਹੀਦਾ, ਜੋ ਵਿੱਚ ਸ਼ਾਮਿਲ ਨੇ ਉਹ ਵੀ ਸਾਹਮਣੇ ਆਉਣੇ ਚਾਹੀਦੇ। ਜਿਹੜਾ ਇਹਨਾਂ ਨੇ ਕੁੱਤੇ ਚੂੜੇ ਕਿਹਾ ਵਾ ਉਹਦਾ ਮੈਨੂੰ ਇਨਸਾਫ ਚਾਹੀਦਾ ਵਾ, ਠੀਕ ਹੈ ਜੀ। ਮੈਂ ਬਾਕੀ ਇਹਦਾ ਕੁਛ ਨਹੀਂ ਦੇਣਾ। ਇਹਨੇ ਮੈਨੂੰ ਧੱਕਾ ਕੀਤਾ ਵਾ, 3 ਵਾਰੀ ਮੇਰਾ ਚੋਰੀ ਦਾ ਨਾਂ ਲਾ ਦਿੱਤਾ ਜੇ। ਮਤਲਬ ਕਿ ਮੈਨੂੰ ਦੱਸਿਆ ਵੀ ਜਿਹੜਾ ਤੁਹਾਡਾ ਚੌਧਰੀ ਹੈ ਇਹਨੇ ਰਾਤ ਗੱਡੀ ਸਾਡੀ ਜਿਹੜੀ ਲੋਡ ਹੋਣ ਵਾਸਤੇ ਪਹਿਲਾਂ ਰੋਕਤੀ ਹੈ, ਰੋਕਣ ਤੋਂ ਬਾਅਦ ਉਹਨੇ ਰਾਤ ਆਪਣੀਆਂ 2 ਰੇਹੜੀਆਂ ਲਿਆਈਆਂ, ਰੇਹੜੀਆਂ 'ਚ ਲੱਦ ਕੇ ਮਾਲ ਲੈ ਗਿਆ, ਬਾਹਰ ਜਾ ਕੇ ਪਤਾ ਨਹੀਂ ਕਿੱਥੇ ਲੈ ਗਿਆ, ਕਿੱਥੇ ਉਹਨੇ ਵੇਚਿਆ। ਮੈਂ ਆ ਕੇ ਚੌਧਰੀ ਨੂੰ ਪੁੱਛਗਿੱਛ ਕੀਤੀ, ਆਪਣੇ ਦਫ਼ਤਰ ਲਿਆ, ਮੈਂ ਕਿਉਂ ਇਸ ਤਰ੍ਹਾਂ ਤੂੰ ਕੀਤਾ, ਮਤਲਬ ਇਹ ਚੋਰੀ ਕਿਉਂ ਕੀਤੀ ਹੈਗੀ ਇਹ ਦੱਸ। ਪਹਿਲਾਂ ਤਾਂ ਮੁੱਕਰਨ ਲੱਗਾ ਤਾਂ ਮੈਂ ਕੋਈ ਕੀਤਾ, ਜਿਸ ਬੰਦੇ ਨੇ ਕਿਹਾ ਸੀਗਾ ਉਹਨੂੰ ਉਹਦੇ ਮੂੰਹ 'ਤੇ ਲਿਆਂਦਾ ਗਿਆ, ਉਹਨੇ ਕਿਹਾ ਇੰਨੀਆਂ ਬੋਰੀਆਂ ਤੂੰ ਰਾਤ ਮੇਰੇ ਸਾਹਮਣੇ ਖੜੀਆਂ। ਫਿਰ ਚੌਧਰੀ ਆਉਂਦਾ ਵੀ ਮਤਲਬ ਮੈਂ ਠੀਕ ਖੜੀਆਂ ਨੇ। ਫਿਰ ਉਹਦਾ ਦੂਸਰਾ ਭਰਾ ਆ ਗਿਆ, ਆਉਂਦੇ ਸੀ ਜਾਂ ਚੋਰੀ ਕੀਤੀ, ਉਹ ਗੱਲ ਆ ਕੇ ਪੈ ਗਿਆ ਮੇਰੇ ਨਾਲ, ਬ੍ਰਦਰ ਹੋਰ ਸੀ ਉਹਨਾਂ ਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ, ਇੱਕ ਹੋਰ ਆ ਗਿਆ, ਫਿਰ ਇੱਕ ਉਹਦਾ ਸਾਲਾ ਆ ਗਿਆ। ਇਹ 7-8 ਜਾਣੇ ਆ ਕੇ ਸਾਡੇ ਦਫ਼ਤਰੇ ਗੱਲ ਪੈ ਗਏ, ਫਿਰ ਬਾਹਰ ਹਜੂਮ ਇਕੱਠਾ ਕਰਕੇ ਸਾਡਾ ਇੰਨਾ ਕਰੋੜੇ ਮਾਰੇ ਆ, ਸਾਡੇ ਦਫ਼ਤਰ ਨੂੰ ਸਾਡਾ ਦਫ਼ਤਰ ਹੀ ਭੰਨਤਾ ਸੀ, ਮਹਾਂ ਜਾਨ ਬਚਾਈ ਸਾਨੂੰ, ਪੁਲਿਸ ਲੈ ਕੇ ਆਈ, SHO ਸਾਹਿਬ ਆਪਣਾ ਮਹਾਂ ਬਚਾ ਕੇ ਸਾਨੂੰ ਕੱਢਿਆ। ਹੁਣ ਵੀ 1-2 ਹੋਰ ਰਹਿ ਗਏ ਸੀ ਬੰਦੇ ਜਿਹੜੇ ਲਾਗੇ ਗਾਹਕ ਹੀ ਖਲੋਤੇ ਸੀ, ਉਹਨਾਂ ਨੂੰ ਵੀ ਮਾਰਿਆ ਉਹਨਾਂ ਨੇ, ਉਹਦੀ ਕੁੱਟਮਾਰ ਕੀਤੀ ਆ। ਜਦੋਂ ਮੈਂ ਮੌਕੇ 'ਚ ਗਿਆ ਤਾਂ ਉੱਥੇ ਕਾਫੀ ਜਿਹੜੇ ਹੈਗੇ ਇਹਨਾਂ ਨੇ ਚੌਧਰੀਆਂ ਨੇ ਆਪਣੇ ਬੰਦੇ ਜਿਹੜੇ ਇਕੱਠੇ ਕੀਤੇ, ਜਿੰਨੇ ਵੀ ਪੱਲੇਦਾਰ ਸੀ ਕਾਫੀ ਇਕੱਠੇ ਹੋਏ ਸੀਗੇ। ਉਸ ਤੋਂ ਬਾਅਦ ਉਹਨਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਲੈ ਕੇ ਆਏ, ਇਹਨਾਂ ਦੋਨਾਂ ਪਾਰਟੀਆਂ ਝਗੜਾ, ਦੋਨਾਂ ਪਾਰਟੀਆਂ ਜਿਹੜੀਆਂ ਹਸਪਤਾਲ ਦਾਖਲ ਆ, ਦਰਖਾਸਤ ਲੈ ਕੇ ਜੋ ਜੋ ਸਟੇਟਮੈਂਟ ਆਏਗੀ ਉਹ ਮੁਤਾਬਕ ਦੋਨਾਂ ਦੇ ਖਿਲਾਫ਼ ਕਰਨ। ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ, ਪੰਜਾਬ ਟੂਡੇ।